शहर के वार्ड नंबर 14 के मोहल्ला रामपुरा में सीवरेज और पानी की समस्या को लेकर लोगों ने रोष प्रकट किया है। लोगों का कहना है कि 6 महीने से ज़्यादा समय बीतने को आया, लेकिन उनके इलाके में सीवरेज की गंदगी से भरे पानी की सप्लाई निरंतर जारी है, जिसे लेकर एक तरफ यहां लोग बीमार पड़ रहे हैं तो वहीं दूसरी तरफ नगर निगम के अधिकारी समस्या की तरफ कोई ध्यान नहीं दे रहे। लोगों ने इस समस्या का जल्द से जल्द हल करवाने की मांग की है। भाई समस्या लास्ट 6-8 महीने तो समस्या जल्दी भी है, बट हल नहीं हो पा रहा। सोनू भाई तुम पहले भी सदे 3 महीने पहले के करीब तुम याद होगा, तुम बोला ही हल हो जूगा। अभी बड़ा फॉलोअप किया जेई ना SGO ना मेयर ना, कोई हल नहीं हो रहा भाजी। इतने पानी की पाइपा सीवरेज नाल मिक्स है भाजी, कह कह दुखी हो गया, कोई हल नहीं है, कोई सुनवाई नहीं है। पिछे ही MC ने साडा जो मोहतवार बने दा MC उन्हें पिछे ही एक सीवरेज पटाया अगों जिदी लोड़ नहीं सी। मेन सीवरेज जिथे तुसीं खड़ोते हो आ दिखा दिओ भावे अपने न्यूज़ च जिहड़ा हल होना सी उहदा हल नहीं है। पिछे सारा ब्लॉग है ते पूरा पानी नाल ओवरफ्लो होएगा। ये अन्नी समस्या वाली लोगों के घर पानी जा रहा गंदा सीवरेज वाला पानी, तो पीने वाली पानी की पाइप जिहड़ी सीवरेज नाल मिक्स है। पैच ला के चल जांदे 12 पैच है इस पाइप च, ते सारे लोग सवेरे ट्यूबवैल लगाउण वाले सारे पानी ट्यूबवैल तों भरदे ने। अन्नी यार दुखी है, सारे घर कोई ना कोई बीमार भी इहदा चक्करां च ਬਹੁਤ ਦੁਖੀ ਹੋ ਰਿਹਾ। ਕੋਈ ਰਿਸ਼ਤੇਦਾਰ ਨੀ ਆਵੇ ਮੁਸ਼ਕ ਨਾ ਭਰੇਗਾ, ਪੂਰੀ ਗਲੀ ਹੋਈ ਦੀ ਯਾਰੇ, ਬਹੁਤ ਔਖਾ ਹੋਏਗਾ। ਘਰ ਛੱਡ ਕੇ ਮੁਨਸੀਪਲ ਕਾਰਪੋਰੇਸ਼ਨ ਨੂੰ ਦੇ ਜਾਈਏ ਚਾਬੀਆਂ, ਦੇ ਜਾਈਏ ਕੰਮ ਤੇ ਕਰਾਉਣਾ ਨੀ ਉਹਨਾਂ ਨੇ, ਕੋਈ ਗੱਲਾਂ ਹੀ ਕਰਨੀਆਂ ਉਹਨਾਂ ਨੇ ਬਸ। ਸਾਡੇ ਅੰਦਰ ਗੰਦਾ ਪਾਣੀ ਆਉਂਦਾ ਜੀ, ਸਾਡੇ ਅੰਦਰ ਗੰਦਾ ਪਾਣੀ ਬੜਾ ਆਉਂਦਾ, ਜਿਹੜੇ ਬਾਰਿਸ਼ ਹੁੰਦੀ ਹੈ ਉਸ ਵੇਲੇ ਪਾਣੀ ਅੰਦਰ ਚੱਲ ਜਾਂਦਾ ਸਾਰਾ ਹੀ। ਸਾਨੂੰ ਇਸ ਗਟਰ ਦੀ ਇੰਨੀ ਤਕਲੀਫ ਹੈ ਨਾ ਕਿ ਸਾਡਾ ਇੱਥੇ ਖੜੋਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਜਿਸਲੇ ਬਾਰਿਸ਼ ਆ ਜਾਂਦੀ ਹੈ। ਦੂਸਰਾ ਗੰਦਾ ਪਾਣੀ ਇੰਨਾ ਕਹਿੰਦਾ ਕਿ ਇੰਨੇ ਕੁ ਕੀੜੇ ਆਉਂਦੇ ਹੈ ਨਾ ਕਿ ਅਸੀਂ ਅੱਗੇ ਪੈਪ ਦੇ ਕੱਪੜਾ ਬੰਨ ਕੇ ਤੇ ਫਿਰ ਪਾਣੀ ਭਰਦੇ ਪਏ ਆ। ਕਿੰਨੇ ਦਿਨ ਤੋਂ ਸਮੱਸਿਆ ਇਹ ਹੋ ਗਿਆ ਜੀ? 5-6 ਮਹੀਨੇ ਤੋਂ ਲਗਾਤਾਰ ਸਮੱਸਿਆ ਇਹ ਆਈ ਕਰਦੀ ਹੈ। MC ਆਉਂਦੇ ਆ, ਕਿਹਾ ਵੀ ਆ ਉਹਨਾਂ ਨੂੰ ਕਿ ਇਸ ਤਰ੍ਹਾਂ ਕਰੋ ਵੀ ਤੇ ਉਹ ਕਹਿੰਦੇ ਅੱਛਾ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ, ਕਹਿ ਕੇ ਚੱਲ ਜਾਂਦੇ ਆ, ਮੁੜ ਕੇ ਕੋਈ ਆਉਂਦਾ ਹੀ ਨਹੀਂ। ਗੰਦਾ ਪਾਣੀ ਅੰਦਰ ਵਾਰਡ ਨੰਬਰ 14, ਮੇਰਾ ਨਾਮ ਰਾਮਮੂਰਤੀ। ਸਾਡੀ ਗਲੀ ਦੀ ਪ੍ਰੋਬਲਮ ਜਿਹੜੀ ਆ ਅੱਜ ਤੋਂ ਸਾਲ ਪਹਿਲਾਂ ਦੀ ਆ। ਸਾਨੂੰ ਪਿੱਛੇ ਜੀ ਕਿਹਾ ਗਿਆ ਕਿ ਠੇਕੇਦਾਰ ਨੇ ਵੀ ਜਾਂ ਸਰ ਨੇ ਵੀ ਕਿ ਜਿਹੜੇ ਇੱਥੇ ਆ ਸੀਵਰੇਜ ਦੇ ਮੇਨ ਹੋਲ ਬਣਾਏ ਜਾਣ। ਜਿਹੜਾ ਮੇਨ ਹੋਲ ਟੁੱਟੇਗਾ ਜਿੱਥੋਂ ਪਾਣੀ ਦੀ ਪਾਈਪ ਟੁੱਟੀ ਦੀ ਆ ਉਹਨੂੰ ਛੱਡ ਕੇ ਨਜਾਇਜ਼ ਜਿਹੜੇ ਆ ਮੇਨ ਹੋਲ ਮਾਰੇ ਗਏ, ਅੱਗੇ ਵੀ ਮਾਰਤੇ ਪਿੱਛੇ ਵੀ ਮਾਰਤੇ। ਮੈਨੂੰ ਇਹ ਨਹੀਂ ਸਮਝ ਆਈ ਕਿ ਕਿਹੜਾ ਠੇਕੇਦਾਰ ਸੀ ਤੇ ਕਿਹੜਾ ਜਈ ਸੀ ਕਿ ਜਿਹੜਾ ਇਹ ਇਹਨਾਂ ਨੂੰ ਲਾਈਨ ਵਾਈਜ ਦੇ ਕੇ ਗਿਆ ਕਿ ਅਗਲੀ ਜਿਹੜਾ ਆ ਸੀਵਰੇਜ ਹੋ ਗਿਆ ਤੇ ਪਿੱਛੇ ਵੀ ਬਣ ਗਿਆ। ਜਿਹੜੇ ਗਬਲੇ ਜਿਹੜੇ ਟੁੱਟਿਆ ਉਹ ਬਣੇ ਨੇ, ਪਾਣੀ ਕਿੱਧਰੋਂ ਕੱਢਣਗੇ? ਜਾਂ ਤਾਂ ਉੱਪਰੋਂ ਕੱਢਣ, ਠੀਕ ਹੈ ਜੀ। ਔਰ 1000 ਵਾਰੀ ਕੰਪਲੇਂਟ ਪਾ ਦਿੱਤੀ MC ਸਾਹਿਬ ਨੂੰ ਵੀ, 1000 ਵਾਰੀ ਕਹਿਤੀ, ਬਸ ਜੀ ਬੰਦੇ ਭੇਜ ਦਿੱਤੇ ਆ, ਠੀਕ ਆ ਜੀ। ਉਹ ਉਹਨੇ ਕੰਮ ਰੋਤਾ, ਉਹਨੇ ਕੰਮ ਕੋਰਤਾ। ਉਹ ਜੀ 10 ਮੇਨ ਹੋਲ ਕੇ ਗਏ, ਬਕਾਇਦਾ ਪਰਚੀ ਦਿਖਾਈ ਗਈ ਸਾਨੂੰ ਜਿਹਦੇ ਵਿੱਚ ਬਕਾਇਦਾ ਇੱਥੇ ਲਿਖਿਆ ਗਿਆ ਕਿ ਕਾਲਾ ਰਾਮ ਲਵਾਈ ਦੀ ਦੁਕਾਨ ਦਾ ਮੇਨ ਹੋਲ ਬਣਾਇਆ ਗਿਆ ਹੈਗਾ, ਉਹ ਦੱਸਿਆ ਗਿਆ। ਉਹ ਪਰਚੀ ਹੀ ਗੈਪ ਹੋ ਗਈ ਆ ਜੀ, ਹਾਂਜੀ। ਔਰ ਮੇਨ ਹੋਲ ਤੇ ਨਜਾਇਜ਼ ਬਣ ਗਏ। ਔਰ ਤੁਸੀਂ ਮਹੱਲੇ ਦੇ ਵਿੱਚ ਅਗਰ ਸਰਵੇ ਕੀਤਾ ਜਾਏ, ਜਈ ਸਾਹਿਬ ਕਰਨ ਜਾਂ SDO ਸਰਵੇ ਕਰਨ, ਲੋਕਾਂ ਦੇ ਬੇਮਤਲਬ ਘਰਾਂ ਦੇ ਅੱਗੇ ਵੈਸੇ ਹੀ ਸਰਕਾਰੀ ਕੰਮ ਦਾ ਪੈਸੇ ਦਾ ਦੁਰਉਪਯੋਗ ਕਰਕੇ ਲੋਕਾਂ ਦੀ ਮਾੜੀ ਜਿਹੀ ਅਗਰ ਕੋਈ ਸ਼ੈਲਫ ਟੁੱਟੀ ਦੀ ਆ ਉਹ ਬਣਾ ਦਿੱਤੀ ਗਈ,
ਲੇਕਿਨ ਜਿਹੜਾ ਮੇਨ ਹੋਲ ਆ ਉਹ ਨਹੀਂ ਬਣਾਇਆ ਗਿਆ। ਬੇਮਤਲਬ ਗਲੀ ਦਾ ਜਿਹੜਾ ਆ ਆਉਂ ਇਹ ਮਲਬਾ ਪਾ ਕੇ ਜਾਂ ਉਹਦੇ 'ਚ ਕਰਤਾ। ਇਹ ਮੇਨ ਹੋਲ ਹੈ, ਸਵੇਰੇ ਪੂਰਾ ਮਹੱਲਾ ਗੱਠਾ ਸੀ। ਅਗਰ ਅੱਜ ਦੇ ਦਿਨ ਦੇ ਵਿੱਚ ਜੇਈ ਸਾਹਿਬ ਜਾਂ ਕੋਈ ਵੀ ਆਏ ਇੰਸਪੈਕਸ਼ਨ ਨਹੀਂ ਕਰਦੇ ਇਸ ਏਰੀਏ ਦੀ, ਤੇ ਕੱਲ ਨੂੰ ਅਸੀਂ ਰੋਡ ਜਿਹੜਾ ਮੇਨ ਰੋਡ ਉਹ ਬੰਦ ਕੀਤਾ ਜਾਏਗਾ, ਮੇਡ ਨੂੰ ਬਲਾਕ ਕੀਤਾ ਜਾਏਗਾ, ਔਰ ਪੂਰੇ ਮੀਡੀਆ ਨੂੰ ਔਰ ਪੂਰੀ ਸਰਕਾਰ ਦੇ ਕੰਨਾਂ 'ਚ ਇਹ ਗੱਲ ਪਹੁੰਚਾਈ ਜਾਏਗੀ ਕਿ ਇਹਨਾਂ ਰੁਜ਼ਾਵੇ ਨੇ ਮੇਨ ਹੋਲਾ ਹੀ ਬਣਵਾ ਦਿੰਦੇ ਆ। ਮਹੱਲੇ ਵਾਲੇ ਅਸੀਂ ਭੇਖ ਮੰਗ ਲੈਂਦੇ ਹਾਂ ਲੋਕਾਂ ਕੋਲ ਤੇ ਪੈਸੇ ਇਕੱਠੇ ਕਰਕੇ ਬਣਾ ਲੈਂਦੇ ਹਾਂ, ਅਗਰ ਸਰਕਾਰ ਕੋਲ ਪੈਸੇ ਨਹੀਂ।